ਇਸ ਵੇਲੇ ਅਸੀਂ ਗੱਲਬਾਤ ਕਰ ਰਹੇ ਹਾਂ ਜੋ ਬੁੱਤ ਤੋੜਨ ਵਾਲਾ ਕੇਸ ਸੀ, ਉਸ ਕੇਸ ਦਾ ਜੋ ਮੁੱਖ ਆਰੋਪੀ ਕਿਹਾ ਸੀ, ਗੌਰਮੈਂਟ ਨੇ ਕਿਹਾ ਸੀ, ਮਤਲਬ ਲੋਕਾਂ ਨੇ ਨਹੀਂ ਕਿਹਾ, ਗੌਰਮੈਂਟ ਨੇ ਕਿਹਾ ਸੀ ਕਿ ਆਰੋਪੀ ਆ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਪਿਤਾ ਜੀ ਸਾਡੇ ਨਾਲ ਖੜ੍ਹੇ ਆ ਔਰ ਅੱਜ ਸਾਰੇ ਇੱਥੇ ਸੁਧਾਰ ਘਰ ਦੇ ਸਾਹਮਣੇ ਖੜ੍ਹੇ ਆ ਔਰ ਇੱਥੇ ਅੱਜ ਉਹਨਾਂ ਦੀ ਜ਼ਮਾਨਤਾਂ ਹੋ ਗਈਆਂ ਆ, ਇੱਕ 307 ਜੋ ਉਹਨਾਂ ਦੇ ਉੱਪਰ ਹਟਾਈ ਹੈ ਅਤੇ ਜਿਸ ਕਰਕੇ ਉਹਨਾਂ ਦੀ ਜ਼ਮਾਨਤ ਹੋਈ ਹੈ, ਬਾਕੀ ਪੁਲਿਸ ਨੇ ਇੱਕ ਕੋਈ 332 ਸ਼ਾਇਦ ਹੈ 332 ਲਾਏ 332 ਜਿਹੜਾ ਉਹਨਾਂ ਦੇ ਉੱਪਰ ਇੱਕ ਹੋਰ ਧਾਰਾ ਨਾਲ ਦਰਜ ਕੀਤੀ ਆ, ਜਿਸ ਕੇਸ ਦੇ ਵਿੱਚ ਉਹਨਾਂ ਨੂੰ ਅੱਜ ਜ਼ਮਾਨਤ ਮਿਲ ਗਈ ਆ ਔਰ ਸ਼ਾਮ ਹੋ ਗਈ ਆ ਪਰ ਇਹ ਕਲੀਅਰੈਂਸ ਨਹੀਂ ਮਿਲੀ ਔਰ ਇਹ ਬੱਚੇ ਬਾਹਰ ਨਹੀਂ ਆਏ। ਅਸੀਂ ਗੱਲਬਾਤ ਕਰ ਰਹੇ ਹਾਂ ਇਹਨਾਂ ਨੂੰ ਸਰਦਾਰ ਬਲਜਿੰਦਰ ਸਿੰਘ ਜੀ ਮੋਗੇ ਤੋਂ ਨੇ, ਅੰਮ੍ਰਿਤਪਾਲ ਦੇ ਪਾਪਾ ਜੀ ਨੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਿੰਘ, ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ ਜੀ, ਸੰਗਤ ਦਾ ਬਹੁਤ ਸਹਿਯੋਗ ਆ ਜੀ, ਧੰਨਵਾਦ ਸਾਰੀ ਸੰਗਤ ਦਾ ਕਰਦੇ ਹਾਂ ਅਸੀਂ ਜੀ। ਵਾਧੂ ਸੰਗਤ ਨੇ ਜੀ ਜੋ ਉੱਥੇ ਮੋਰਚਾ ਲਾਇਆ ਸੀਗਾ ਅਤੇ ਉਹ ਵੀ ਸੰਗਤ ਦਾ ਵੀ, ਬਾਕੀ ਜਿੰਨੇ ਵੀ ਸੰਗਤ ਆ ਸਾਨੂੰ ਫੋਨ ਵੀ ਕਰਦੇ, ਜੋ ਜਿੰਨੀ ਵੀ ਸੰਗਤ ਨੇ ਸਾਨੂੰ ਸਹਿਯੋਗ ਦਿੱਤਾ ਇਸ ਗੱਲ ਦੇ ਵਿੱਚ, ਅਤੇ ਅਸੀਂ ਸਾਰੀ ਸੰਗਤ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪੰਜਾਬ ਸਰਕਾਰ ਦਾ ਵੀ ਅੱਜ ਅਸੀਂ ਧੰਨਵਾਦ ਕਰਦੇ ਹਾਂ ਵੀ ਸਾਡਾ ਜਿਹੜੇ ਬੱਚਿਆਂ ਨੇ ਜੋ ਕੀਤਾ ਉਹਨਾਂ ਨੇ ਉੱਥੇ ਥੌੜੇ ਮਾਰੇ ਥੜਿਆਂ ਦੇ ਉੱਤੇ, ਉਹਨਾਂ ਦੀ ਆਵਾਜ਼ ਸੁਣ ਕੇ ਥੌੜਿਆਂ ਦੀ ਪੰਜਾਬ ਸਰਕਾਰ ਨੇ ਜਿਹੜੇ ਉਹ ਬੁੱਤ ਚੱਕੇ ਆ, ਉਹਨਾਂ ਦਾ ਹੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਬੁੱਤਾਂ ਕਰਕੇ ਬਹੁਤ ਵਾਰੀ ਇਹ ਰੌਲੇ ਪੈ ਚੁੱਕੇ ਆ। ਅੱਗੇ ਵੀ ਸਾਨੂੰ ਡਰ ਸੀ ਵੀ ਕਿਸੇ ਤਰ੍ਹਾਂ ਦੇ ਹੋਰ ਵੀ ਲੋਕਾਂ ਦੇ ਉੱਤੇ ਪਰਚੇ ਨਾ ਹੋ ਜਾਣ, ਕੋਈ ਵੱਡੀ ਗੱਲ ਨਾ ਹੋ ਜਾਵੇ, ਅਤੇ ਬਹੁਤ ਵਧੀਆ ਹੋ ਗਿਆ ਜੀ ਜਿਹੜਾ ਸਰਕਾਰ ਨੇ ਉਹ ਬੁੱਤਾਂ ਨੂੰ ਚੱਕ ਕੇ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕਰਤਾ, ਕਿਤੇ ਲਗਾ ਦੇਣਗੇ, ਅਤੇ ਅਸੀਂ ਤਾਂ ਧੰਨਵਾਦ ਹੀ ਕਰਦੇ ਹਾਂ। ਸਾਰੀ ਸੰਗਤ ਦਾ ਵੀ ਧੰਨਵਾਦ ਆ, ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਸੁਣਿਆ। 307 ਬੱਚਿਆਂ ਤੋਂ ਹਟਾ ਦਿੱਤੀ ਗਈ ਆ ਜਿਹਦੇ ਵਿੱਚ ਹੁਣ ਤਾਂ ਹੀ ਬੱਚਿਆਂ ਦੀ ਜ਼ਮਾਨਤਾਂ ਹੋਈਆਂ ਆ, ਅਗਰ ਜੇ ਦੂਸਰੀਆਂ ਧਰਾਵਾਂ ਵੀ ਆ ਤਾਂ ਉਹਨਾਂ ਬਾਰੇ ਕੁਛ ਤੁਸੀਂ ਕਹਿਣਾ ਚਾਹੁੰਦੇ ਹੋ? ਦੇਖੋ ਜੀ, 307 ਤਾਂ ਪਹਿਲਾਂ ਤਾਂ ਪ੍ਰਸ਼ਾਸਨ ਦੇ ਜੋ ਲਾਈ ਸੀ ਗਲਤੀ ਸੀਗਾ, ਕਿਉਂਕਿ ਸਾਰਿਆਂ ਨੂੰ ਪਤਾ ਹੀ ਸੀ ਇਸ ਗੱਲ ਦਾ ਵੀ ਕਿਸੇ ਨਾਲ ਕੋਈ ਹੱਥੋਂ ਪਾਈ ਜਾਂ ਕਿਸੇ ਤਰ੍ਹਾਂ ਦੀ ਕੋਈ ਸੱਟ ਫੇਟ ਮਾਰਨ ਵਾਲੀ ਗੱਲ ਤਾਂ ਉਹਨਾਂ ਦੀ ਹੈ ਨਹੀਂ ਸੀਗੀ ਅਤੇ ਨਾ ਹੀ ਉਹਨਾਂ ਨੇ ਕੀਤੀ ਆ ਜੀ। ਅਤੇ ਠੀਕ ਹੈ ਜੀ, ਧੰਨਵਾਦ ਇਹਨਾਂ ਦਾ, 307 ਇਹਨਾਂ ਨੇ ਹਟਾਤੀ, ਪਰ ਸਾਨੂੰ ਅਫਸੋਸ ਇਸ ਗੱਲ ਦਾ ਵੀ 307 ਹਟਾ ਕੇ ਅਤੇ 332 ਨਾਲ ਇੱਕ ਹੋਰ ਅੱਜ ਸਾਨੂੰ ਪਤਾ ਲੱਗਾ ਵੀ ਐਡ ਕੀਤੀ ਆ ਜੀ, ਅਤੇ ਉਸ ਧਾਰਾ ਬਾਰੇ ਸਾਨੂੰ ਪਤਾ ਤਾਂ ਚਾਨਣ ਤਾਂ ਬਹੁਤਾ ਹੈ ਨਹੀਂ ਗਾ ਵੀ ਉਹ ਕਾਹਦੀ ਧਾਰਾ ਜੀ, ਪਰ ਸਾਡੇ ਜਿਹੜੇ ਬੱਚੇ ਆ ਸਾਰੇ ਹੀ ਬੱਚੇ ਬੜੀ ਵਧੀਆ ਗੁਰਸਿੱਖ ਬੱਚੇ ਆ, ਅਤੇ ਖਾਸ ਕਰਕੇ ਸਾਡਾ ਬੱਚਾ ਤਾਂ ਸੇਵਾ ਦਾ ਕਰਦਾ ਹੈਗਾ, ਲੋਕਾਂ ਦੀ ਸੇਵਾ ਕਰਦਾ, ਜਿਵੇਂ ਬੱਚੀਆਂ ਦੇ ਵਿਆਹ ਕਰਤੇ, ਕਿਸੇ ਬਜ਼ੁਰਗਾਂ ਦੀ ਸੇਵਾ ਕਰਤੀ, ਕਿਸੇ ਜਿਵੇਂ ਪਿੱਛੇ ਜੇ ਕਣਕਾਂ ਬਹੁਤ ਮੱਚੀਆਂ ਉਹਨਾਂ ਲੋਕਾਂ ਨੂੰ ਕਣਕਾਂ ਵਾਲਿਆਂ ਦੀ ਬਹੁਤ ਮਦਦ ਕੀਤੀ, ਇਹਨਾਂ ਨੇ ਜਾ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਹੈਲਪ ਕੀਤੀ, ਜੋ ਸੰਗਤ ਦਾ ਕੋਈ ਪੈਸਾ ਧੇਲਾ ਆਉਂਦਾ ਉਹਨਾਂ ਨੂੰ ਉਹਨਾਂ ਤੱਕ ਪਹੁੰਚਦਾ ਕੀਤਾ, ਅਤੇ ਬੱਚੀਆਂ ਦੇ ਵਿਆਹ, ਬੱਚੀਆਂ ਜਿਹੜੀਆਂ ਘਰ ਬੈਠੀਆਂ ਰੁੱਸ ਰੁੱਸ ਕੇ ਬੈਠੀਆਂ, ਉਹ ਵੀ 30-32 ਬੱਚੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਇਹਨਾਂ ਨੇ ਚੁੱਲ੍ਹੇ ਦੁਆਰਾ ਮਤਲਬ ਉਹਨਾਂ ਨੂੰ ਜਾ ਕੇ ਚੜ੍ਹਾਇਆ ਹੈਗਾ ਵੀ ਆਪਦੇ ਘਰ ਭਾਈ ਆਪਦੇ ਬੱਚੇ ਪਾਲੋ, ਅਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬਹਿ ਕੇ ਉਹਨਾਂ ਨੇ ਸੈਟਿਸਫਾਈ ਕਰਾ ਕੇ ਉਹਨਾਂ ਦੇ ਘਰ ਵਸਾਏ ਆ। ਬਾਕੀ ਹੋਰ ਵੀ ਜਿੰਨੇ ਕੋਈ ਬਜ਼ੁਰਗ ਹੁੰਦੇ ਆ, ਕੋਈ ਨਹੀਂ ਕਿਸੇ ਦਾ ਸਹਾਰਾ, ਉੱਥੇ ਪਹੁੰਚਦੇ ਇਹ, ਮਾੜਾ ਜਿਹਾ ਕੋਈ ਇਹਨਾਂ ਨੂੰ ਸੁਨੇਹਾ ਮਿਲ ਜੇ, ਕੋਈ ਕਿਸੇ ਦਾ ਬਜ਼ੁਰਗ ਨਵਾਉਣ ਵਾਲਾ, ਕਿਸੇ ਦੇ ਲੀੜੇ ਹੈ ਨਹੀਂ ਗੇ, ਕਿਸੇ ਦੇ ਬੂਟ ਹੈ ਨਹੀਂ ਗੇ, ਕਿਸੇ ਨੂੰ ਕੋਈ ਹੋਰ ਦੁੱਖ ਤਕਲੀਫ ਆ ਕਿਸੇ ਨੇ ਹਸਪਤਾਲ ਜਾਣਾ, ਇਸ ਤਰ੍ਹਾਂ ਦਾ ਬਹੁਤ ਸਾਰੇ ਇਹ ਕੰਮ ਕਰਦਾ ਜੀ। ਇਹ ਤਾਂ ਇੱਥੋਂ ਤੱਕ ਵੀ ਹੋ ਜਾਂਦਾ ਵੀ ਜਿਸ ਦਿਨ ਇਹਨੇ ਗੱਡੀ ਲਈ ਆ, ਜਿਹੜੀ ਗੱਡੀ ਅੱਜ ਪੁਲਿਸ ਦੇ ਕੋਲ ਖੜ੍ਹੀ ਆ ਸਾਡੀ, ਉਹ ਗੱਡੀ ਨੂੰ ਹਜੇ 3-4 ਦਿਨ ਹੋਏ ਸੀ ਲਈ ਨੂੰ, ਅਤੇ ਰਾਹ ਦੇ ਵਿੱਚ ਇੱਕ ਨਾ ਕੁੱਤਾ ਮਰਿਆ ਪਿਆ ਸੀਗਾ ਕਾਫੀ ਵੱਡਾ, ਅਤੇ ਨਵੀਂ ਗੱਡੀ ਦੇ ਵਿੱਚ ਇਹ ਕੁੱਤਾ ਇਹਨੂੰ ਲੱਦ ਕੇ ਘਰ ਲੈ ਆਇਆ, ਅਤੇ ਮੈਂ ਇਹਨੂੰ ਕਿਹਾ ਵੀ ਤੂੰ ਕੁੱਤਾ ਕਾਹਤੋਂ ਲੱਦ ਕੇ ਲੈ ਕੇ ਆਇਆ, ਕਹਿੰਦਾ ਡੈਡੀ ਜੀ ਮੈਂ ਤਾਂ ਕਈ ਚੱਕਣਾ ਆ ਇਹਨੂੰ ਦੱਬਣ ਵਾਸਤੇ ਜੀ, ਇਹ ਹੀ ਇਹ ਸਮਾਜ ਦੀ ਸੇਵਾ ਕਰਦਾ ਜੀ, ਸਮਾਜ ਸੇਵਾ ਬਹੁਤ ਕਰਦਾ ਹੈ, ਬਹੁਤ ਜ਼ਿਆਦਾ ਜੀ, ਉਹਦਾ ਸੁਭਾਅ ਹੈ ਜਾਂ ਕੋਈ ਉਹ ਹਿੰਸਾਵਾਦੀ ਨਹੀਂ ਗਾ, ਨਹੀਂ ਜੀ ਸਮਾਜ ਸੁਧਾਰ ਕੇ ਸਮਾਜ ਦੀ ਸੇਵਾ ਕਰਦਾ ਆ ਬਿਲਕੁਲ। ਅਗਰ ਬੁੱਤ ਨਹੀਂ ਰਹੇ ਤੇ ਕੇਸ ਬਾਰੇ ਵੀ ਤੁਸੀਂ ਸਰਕਾਰ ਨੂੰ ਕੁਛ ਕਹਿਣਾ ਚਾਹੁੰਦੇ? ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ, ਸਾਡੇ ਬੱਚਿਆਂ ਨੇ ਇੱਕ ਰਕਮ ਦੀ ਗੁਰੂ ਮਹਾਰਾਜ ਨੇ ਜੋ ਬਖਸ਼ ਕੇ ਉਹਨਾਂ ਨੂੰ ਸੇਵਾ ਬਖਸ਼ੀ ਸੀ, ਉਹਨਾਂ ਸੇਵਾ ਹੀ ਕੀਤੀ ਆ, ਅਤੇ ਸਰਕਾਰ ਵੀ ਇੰਨੀ ਕੁ ਸੇਵਾ ਕਰ ਦੇਵੇ ਵੀ ਇਹਨਾਂ ਦੇ ਜਿਹੜੇ ਪਰਚਾ ਇਹਦਾ ਕੈਂਸਲ ਹੀ ਕਰ ਦੇਵੇ ਤਾਂ ਬੜੀ ਮਿਹਰਬਾਨੀ ਹੋਊਗੀ ਜੀ। ਅੰਮ੍ਰਿਤਪਾਲ ਸਿੰਘ ਦੇ ਪਾਪਾ ਦਾ ਕਹਿਣਾ ਆ ਕਿ ਇੱਕ
ਦੇਸ਼ ਦੇ ਕੋਈ ਖਿਲਾਫ ਕੰਮ ਨਹੀਂ ਸੀ, ਉਹ ਦੇਸ਼ ਦੇ ਹਿੱਤ ਵਿੱਚ ਹੀ ਸੀ ਕਿ ਉੱਥੋਂ ਜਿਹੜਾ ਉੱਥੋਂ ਬੁੱਤ ਹਟਾਏ ਗਏ ਆ। ਅਤੇ ਜੇ ਉਹ ਇੱਕ ਸੇਵਾ ਦੇ ਤੌਰ 'ਤੇ ਕੀਤਾ ਗਿਆ ਆ ਬੱਚਿਆਂ ਵੱਲੋਂ, ਅਤੇ ਸਰਕਾਰ ਨੂੰ ਵੀ ਸੇਵਾ ਦੇ ਤੌਰ 'ਤੇ ਸਮਝ ਕੇ ਇਹਨਾਂ ਦੇ ਕੇਸ ਖਾਰਜ ਕਰ ਦੇਣੇ ਚਾਹੀਦੇ ਆ। ਕੈਮਰਾਮੈਨ ਹਰਿੰਦਰ ਵੇਰਕਾ ਦੇ ਨਾਲ ਮੈਂ ਵਜ਼ੀਰ ਮੁਦਲ, ਆਵਾਜ਼ ਏ ਕੌਮ ਟੀਵੀ।